सत श्री अकाल BLOs, गरुड़ा ऐप का नवा वर्जन 2.8 लॉन्च हो चुक्या है। आज दी इस वीडियो दे विच, इस वर्जन दे विच जो भी नवीं अपडेशन्स कीतियां गईयां ने उन्हां नूं आपां डिस्कस करांगे। यह अपडेशन्स मेनली पोलिंग स्टेशन फैसिलिटीज़ नूं ऐड करन दे रिगार्डिंग हन, जिवें कि पोलिंग स्टेशन दी फोटो नूं कीवें अपडेट करना है अते उसदी लोकेशन नूं कीवें अपडेट करना है, उस दे रिगार्डिंग यह अपडेट्स हन। तो चलो फिर अज दी वीडियो शुरू कर दें। पोलिंग स्टेशन फैसिलिटीज़ नूं खोलन लई सब तो पहला इन्हां तीन लाइनां दे उपर क्लिक करो। इस तो बाद मैपिंग दे उपर क्लिक करो। मैपिंग तो बाद फैसिलिटीज़ दे उपर क्लिक करो। ਤਾਂ ਤੁਹਾਡੇ ਸਾਹਮਣੇ ਕੁਝ ਅਜਿਹੀ ਸਕਰੀਨ ਖੁੱਲ ਜਾਵੇਗੀ। ਇਸ ਸਕਰੀਨ ਦੇ ਵਿੱਚ ਤੁਹਾਨੂੰ ਤੁਹਾਡੇ ਪੋਲਿੰਗ ਸਟੇਸ਼ਨ ਦੀ ਬਿਲਡਿੰਗ ਦਾ ਫਰੰਟ ਵਿਊ ਅਤੇ ਬਿਲਡਿੰਗ ਵਿਊ ਦੋਨਾਂ ਦੀਆਂ ਫੋਟੋਜ਼ ਸ਼ੋ ਹੋ ਜਾਣਗੀਆਂ। ਗਰੂੜਾ ਐਪ ਦੇ ਪਿਛਲੇ ਵਰਜ਼ਨ ਦੇ ਵਿੱਚ ਅਗਰ ਪੋਲਿੰਗ ਸਟੇਸ਼ਨ ਦਾ ਬਿਲਡਿੰਗ ਵਿਊ ਜਾਂ ਫਿਰ ਫਰੰਟ ਵਿਊ ਦੀ ਫੋਟੋ ਨੂੰ ਐਡ ਕਰਨਾ ਹੁੰਦਾ ਸੀ ਤਾਂ BLO ਨੂੰ ਪੋਲਿੰਗ ਸਟੇਸ਼ਨ ਦੀ ਨਵੀਂ ਫੋਟੋ ਪੋਲਿੰਗ ਸਟੇਸ਼ਨ ਦੀ ਜਗ੍ਹਾ ਦੇ ਉੱਪਰ ਜਾ ਕੇ ਕਲਿੱਕ ਕਰਨੀ ਪੈਂਦੀ ਸੀ ਅਤੇ ਉਸ ਨੂੰ ਐਡ ਕਰਨਾ ਪੈਂਦਾ ਸੀ ਇਸ ਅਪਡੇਟ ਫੋਟੋ ਵਾਲੇ ਬਟਨ ਦੇ ਉੱਪਰ ਕਲਿੱਕ ਕਰਕੇ। ਪਰ ਹੁਣ ਜੇਕਰ ਬਿਲਡਿੰਗ ਵਿਊ ਅਤੇ ਫਰੰਟ ਵਿਊ ਦੋਨਾਂ ਦੀ ਫੋਟੋ ਸਹੀ ਲੱਗੀ ਹੋਈ ਹੈ ਪਹਿਲਾਂ ਤੋਂ ਹੀ, ਤਾਂ BLO ਸਿੰਪਲੀ ਇਸ ਵੈਰੀਫਾਈ ਵਾਲੇ ਬਟਨ ਦੇ ਉੱਪਰ ਕਲਿੱਕ ਕਰਕੇ ਦੋਨੋਂ ਫੋਟੋਜ਼ ਨੂੰ ਵੈਰੀਫਾਈ ਕਰ ਸਕਦਾ ਹੈ। ਉਸ ਨੂੰ ਪੋਲਿੰਗ ਸਟੇਸ਼ਨ ਵਾਲੀ ਜਗ੍ਹਾ ਦੇ ਉੱਪਰ ਜਾ ਕੇ ਨਵੀਂ ਫੋਟੋਜ਼ ਕਲਿੱਕ ਕਰਨ ਦੀ ਲੋੜ ਨਹੀਂ ਹੈ। ਇਹ ਵੈਰੀਫਾਈ ਵਾਲਾ ਬਟਨ ਵਰਜ਼ਨ 2.8 ਦੇ ਵਿੱਚ ਹੀ ਸ਼ੋਅ ਹੋਵੇਗਾ। ਗਰੂੜਾ ਐਪ ਦੇ ਪਿਛਲੇ ਵਰਜ਼ਨ ਦੇ ਵਿੱਚ ਇਹ ਵਾਲਾ ਬਟਨ ਪ੍ਰੋਵਾਈਡਡ ਨਹੀਂ ਸੀ। ਇਸ ਵੈਰੀਫਾਈ ਵਾਲੇ ਬਟਨ ਨੂੰ ਪੋਲਿੰਗ ਸਟੇਸ਼ਨ ਦੇ ਫਰੰਟ ਵਿਊ ਵਾਲੀ ਫੋਟੋ ਅਤੇ ਬਿਲਡਿੰਗ ਵਿਊ ਵਾਲੀ ਫੋਟੋ ਦੋਨੋਂ ਫੋਟੋਜ਼ ਦੇ ਉੱਪਰ ਜਾ ਕੇ ਕਲਿੱਕ ਕਰਨਾ ਹੈ। ਜੇਕਰ ਪੋਲਿੰਗ ਸਟੇਸ਼ਨ ਦੇ ਫਰੰਟ ਵਿਊ ਅਤੇ ਬਿਲਡਿੰਗ ਵਿਊ ਦੀ ਦੋਨੋਂ ਫੋਟੋਜ਼ ਗਲਤ ਹਨ ਤਾਂ BLO ਨੂੰ ਨਵੀਆਂ ਫੋਟੋਜ਼ ਐਡ ਕਰਨੀਆਂ ਪੈਣਗੀਆਂ ਇਸ ਅਪਡੇਟ ਫੋਟੋ ਵਾਲੇ ਬਟਨ ਦੇ ਉੱਪਰ ਕਲਿੱਕ ਕਰਕੇ। ਗਰੂੜਾ ਐਪ ਦੇ ਇਸ ਨਵੇਂ ਵਰਜ਼ਨ ਦੇ ਵਿੱਚ ਜੇਕਰ ਤੁਸੀਂ ਪੋਲਿੰਗ ਸਟੇਸ਼ਨ ਦੇ ਫਰੰਟ ਵਿਊ ਅਤੇ ਬਿਲਡਿੰਗ ਵਿਊ ਦੀ ਨਵੀਂ ਫੋਟੋ ਐਡ ਕਰਨਾ ਚਾਹੁੰਦੇ ਹੋ ਤਾਂ ਇਸ ਅਪਡੇਟ ਫੋਟੋ ਵਾਲੇ ਬਟਨ ਦੇ ਉੱਪਰ ਕਲਿੱਕ ਕਰੋ। ਇਸ ਤੋਂ ਬਾਅਦ ਚੂਜ਼ ਫਰੋਮ ਗੈਲਰੀ ਔਰ ਕੈਮਰਾ ਦੇ ਉੱਪਰ ਕਲਿੱਕ ਕਰੋ। ਤਾਂ ਤੁਹਾਡੇ ਸਾਹਮਣੇ ਦੋ ਆਪਸ਼ਨਾਂ ਸ਼ੋਅ ਹੋ ਜਾਣਗੀਆਂ ਕਿ ਜੇਕਰ ਤੁਸੀਂ ਲਾਈਵ ਕੈਮਰੇ ਦੇ ਥਰੂ ਫੋਟੋ ਖਿੱਚਣਾ ਚਾਹੁੰਦੇ ਹੋ ਆਪਣੇ ਪੋਲਿੰਗ ਸਟੇਸ਼ਨ ਦੇ ਫਰੰਟ ਵਿਊ ਅਤੇ ਬਿਲਡਿੰਗ ਵਿਊ ਦੀ ਤਾਂ ਤੁਸੀਂ ਖਿੱਚ ਸਕਦੇ ਹੋ। ਅਤੇ ਜੇਕਰ ਤੁਹਾਡੇ ਕੋਲ ਤੁਹਾਡੇ ਫੋਨ ਵਿੱਚ ਆਲਰੇਡੀ ਪੋਲਿੰਗ ਸਟੇਸ਼ਨ ਦੇ ਫਰੰਟ ਵਿਊ ਅਤੇ ਬਿਲਡਿੰਗ ਵਿਊ ਦੀ ਫੋਟੋ ਗੈਲਰੀ ਦੇ ਵਿੱਚ ਸੇਵਡ ਹੈ ਤਾਂ ਤੁਸੀਂ ਇਸ ਗੈਲਰੀ ਵਾਲੇ ਬਟਨ ਦੇ ਉੱਪਰ ਕਲਿੱਕ ਕਰਕੇ ਉਹਨਾਂ ਫੋਟੋਜ਼ ਨੂੰ ਐਡ ਕਰ ਸਕਦੇ ਹੋ। ਇਸ ਨਵੇਂ ਵਰਜ਼ਨ ਦੇ ਵਿੱਚ ਗੈਲਰੀ ਦੇ ਥਰੂ ਫੋਟੋਜ਼ ਨੂੰ ਅਪਡੇਟ ਕਰਨ ਦੀ ਫੈਸਿਲਿਟੀ ਐਡ ਕਰ ਦਿੱਤੀ ਗਈ ਹੈ। ਤਾਂ ਮੈਂ ਉਮੀਦ ਕਰਦਾ ਤੁਹਾਨੂੰ ਪੋਲਿੰਗ ਸਟੇਸ਼ਨ ਦਾ ਫਰੰਟ ਵਿਊ ਅਤੇ ਬਿਲਡਿੰਗ ਵਿਊ ਨੂੰ ਕਿ ਕਿਵੇਂ ਵੈਰੀਫਾਈ ਕਰਨਾ ਹੈ ਉਹ ਤੁਹਾਨੂੰ ਸਮਝ ਆ ਚੁੱਕਿਆ ਹੋਵੇਗਾ। ਤਾਂ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਪੋਲਿੰਗ ਸਟੇਸ਼ਨ ਦੀ ਲੋਕੇਸ਼ਨ ਨੂੰ, ਮਤਲਬ ਕਿ ਉਸਦੇ ਲੌਂਗੀਟਿਊਡਸ ਐਂਡ ਲੈਟੀਟਿਊਡਸ ਨੂੰ ਕਿਵੇਂ ਐਡ ਕਰਨਾ ਹੈ ਉਹ ਸਿੱਖਦੇ ਹਾਂ। ਗਰੂੜਾ ਐਪ ਦੇ ਪਿਛਲੇ ਵਰਜ਼ਨ ਵਿੱਚ BLO ਨੂੰ ਪੋਲਿੰਗ ਸਟੇਸ਼ਨ ਦੀ ਲੋਕੇਸ਼ਨ ਦੇ ਉੱਪਰ ਜਾਣਾ ਪੈਂਦਾ ਸੀ ਇਹਨਾਂ ਲੌਂਗੀਟਿਊਡ ਅਤੇ ਲੈਟੀਟਿਊਡਸ ਨੂੰ ਐਡ ਕਰਨ ਦੇ ਲਈ, ਪਰ ਹੁਣ ਸਿੰਪਲੀ ਇਸ ਲਾਲ ਬਟਨ ਦੇ ਉੱਪਰ ਕਲਿੱਕ ਕਰਕੇ ਮੈਪ ਦੇ ਉੱਪਰ ਚੈੱਕ ਕਰੋ। ਜੇਕਰ ਤੁਹਾਨੂੰ ਤੁਹਾਡੇ ਪੋਲਿੰਗ ਸਟੇਸ਼ਨ ਦੀ ਲੋਕੇਸ਼ਨ ਸਹੀ ਸ਼ੋਅ ਹੋ ਰਹੀ ਹੈ ਤਾਂ ਇਸ ਅਪਡੇਟ ਬਟਨ ਦੇ ਉੱਪਰ ਕਲਿੱਕ ਕਰੋ। BLO ਨੂੰ ਪੋਲਿੰਗ ਸਟੇਸ਼ਨ ਦੀ ਐਗਜ਼ੈਕਟ ਲੋਕੇਸ਼ਨ ਦੇ ਉੱਪਰ ਜਾਣ ਦੀ ਜ਼ਰੂਰਤ ਨਹੀਂ ਹੈ ਜੇਕਰ ਉਸਨੂੰ ਮੈਪ ਦੇ ਉੱਪਰ ਆਲਰੇਡੀ ਪੋਲਿੰਗ ਸਟੇਸ਼ਨ ਦੀ ਸਹੀ ਲੋਕੇਸ਼ਨ ਸ਼ੋਅ ਹੋ ਰਹੀ ਹੈ। ਜੇਕਰ BLO ਨੂੰ ਮੈਪ ਦੇ ਉੱਪਰ ਪੋਲਿੰਗ ਸਟੇਸ਼ਨ ਦੀ ਸਹੀ ਲੋਕੇਸ਼ਨ ਨਹੀਂ ਸ਼ੋਅ ਹੋ ਰਹੀ ਤਾਂ ਉਸਨੂੰ ਪੋਲਿੰਗ ਸਟੇਸ਼ਨ ਵਾਲੀ ਲੋਕੇਸ਼ਨ ਦੇ ਉੱਪਰ ਜਾਣਾ ਹੀ ਪਏਗਾ। ਅਤੇ ਮੇਰੀ ਪਿਛਲੀ ਵੀਡੀਓ ਵਿੱਚ ਜਿਵੇਂ ਕਿ ਮੈਂ ਸਮਝਾਇਆ ਸੀ ਕਿ GPS ਨੂੰ ਔਨ ਕਰਕੇ ਪ੍ਰੋਪਰ ਲੋਕੇਸ਼ਨ ਸੈੱਟ ਕਰਕੇ ਇਸ ਅਪਡੇਟ ਬਟਨ ਦੇ ਉੱਪਰ ਕਲਿੱਕ ਕਰਨਾ ਪਏਗਾ। ਤਾਂ ਦੋਸਤੋ ਮੈਂ ਉਮੀਦ ਕਰਦਾ ਤੁਹਾਨੂੰ ਪੋਲਿੰਗ ਸਟੇਸ਼ਨ ਦੀਆਂ ਫੋਟੋਜ਼ ਨੂੰ ਕਿਵੇਂ ਵੈਰੀਫਾਈ ਕਰਨਾ ਹੈ ਅਤੇ ਪੋਲਿੰਗ ਸਟੇਸ਼ਨ ਦੀ ਲੋਕੇਸ਼ਨ ਨੂੰ ਕਿਵੇਂ ਅਪਡੇਟ ਕਰਨਾ ਹੈ ਦੋਨੋਂ ਚੀਜ਼ਾਂ ਅੱਜ ਦੀ ਇਸ ਵੀਡੀਓ ਦੇ ਨਾਲ ਸਮਝ ਆ ਚੁੱਕੀਆਂ ਹੋਣਗੀਆਂ। ਵੀਡੀਓ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।